ਸੀ ਪਤਾ ਉਹ ਸਡਨਲੀ ਉਹ ਤਾਂ ਜਦੋਂ ਸਟੇਜ 'ਤੇ ਐਂਟਰੀ ਹੋਏ ਤਾਂ ਓਬਵੀਅਸਲੀ ਮੇਰੇ ਲਈ ਤਾਂ ਬਹੁਤ ਹੀ ਜੋਇਸ ਮੂਮੈਂਟ ਸੀਗੀ ਉਹ, ਹੈ ਨਾ, ਜਿਹਨਾਂ ਨੂੰ ਤੁਸੀਂ ਇੰਨਾ ਸਿਨੇਮਾ 'ਤੇ ਮਾਣਿਆ, ਦੇਖਿਆ, ਇੰਨਾ ਗਲੈਮਰਸ ਕੈਰੈਕਟਰ ਆ, ਅਤੇ ਉਹ ਆਪਣੇ ਆਪ 'ਚ ਬਹੁਤ ਸੈਟਿਸਫੈਕਟਰੀ ਵੀ ਹੁੰਦਾ ਆ, ਅਤੇ ਤੁਹਾਨੂੰ ਇੱਕ ਬਹੁਤ ਹੀ ਸਕਸੈਸਫੁਲ ਬੀਂਗ ਹੋਣ ਦਾ ਵੀ ਫਖਰ ਹੁੰਦਾ ਕਿ ਯਾਰ ਕਿ ਤੁਸੀਂ ਕੁਛ ਅਕੰਪਲਿਸ਼ ਕੀਤਾ, ਕਿ ਇਹੋ ਜਿਹੀਆਂ ਸ਼ਖਸੀਅਤਾਂ ਤੁਹਾਡੇ ਫਰਕ, ਜਿਵੇਂ ਤੁਸੀਂ ਕਪਿਲ ਭਾਅ ਜੀ ਦੇ ਮਦਰ ਦੀ ਗੱਲ ਕੀਤੀ ਹੈ ਨਾ, ਉਹ ਸਪੈਸ਼ਲੀ ਆਏ ਸੀਗੇ ਬੋਂਬੇ, ਜਾਂ ਹੁਣ ਸਾਡੀ ਇੰਡਸਟਰੀ 'ਚ ਵੀ ਕਈ ਵਾਰੀ ਸਾਡੇ ਆਪਣੇ ਜਿਹੜੇ ਮੁੰਡੇ ਨੇ, ਕੁੜੀਆਂ ਨੇ, ਚਾਹੇ ਜੀ ਸੀਨੀਅਰ ਹੈ ਜਾਂ ਜੂਨੀਅਰ ਹੈ, ਉਹ ਇੰਨਾ ਤੁਹਾਨੂੰ ਮਾਣ ਪਿਆਰ ਦਿੰਦੇ ਆ ਸਟੇਜ 'ਤੇ ਆ ਕੇ। ਮੈਂ ਦੇਖਦਾ ਹੁੰਦਾ, ਮੈਂ ਕਿਹਾ ਵੀ ਇੱਥੇ ਸਾਰੇ ਕਲਾਕਾਰ ਨੇ ਆਪਣੀ ਇੰਡਸਟਰੀ 'ਚ, ਸਿੰਗਰ ਕੋਈ ਦੂਜੇ ਸਿੰਗਰ ਨੂੰ ਘੱਟ ਸ਼ੋ ਲਵਾਉਂਦੇ ਨੇ, ਹੈ ਨਾ, ਕਿਸੇ ਦਾ ਵੀ ਸ਼ੋ ਲਵਾਉਂਦੇ ਨੇ, ਪਰ ਸਰਤਾਜ ਸਾਹਿਬ ਮੇਰੇ ਖਿਆਲ ਤੋਂ ਹਰ ਇੱਕ ਕਲਾ, ਮੋਸਟਲੀ ਕਲਾਕਾਰਾਂ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਹਿੰਦੇ ਨੇ, ਕਹਿੰਦੇ ਕਿੱਧਰ ਬਣਿਆ, ਕਹਿੰਦੇ ਸਰਤਾਜ ਸਾਹਿਬ ਨੂੰ ਬੁਲਾਉਣਾ ਸੀ। ਪਤਾ ਉਹ ਸਡਨਲੀ ਉਹ ਤਾਂ ਜਦੋਂ ਸਟੇਜ 'ਤੇ ਐਂਟਰੀ ਹੋਏ ਤਾਂ ਓਬਵੀਅਸਲੀ ਮੇਰੇ ਲਈ ਤਾਂ ਬਹੁਤ ਹੀ ਜੋਇਸ ਮੂਮੈਂਟ ਸੀਗੀ ਉਹ, ਹੈ ਨਾ, ਜਿਹਨਾਂ ਨੂੰ ਤੁਸੀਂ ਇੰਨਾ ਸਿਨੇਮਾ 'ਤੇ ਮਾਣਿਆ, ਦੇਖਿਆ, ਇੰਨਾ ਗਲੈਮਰਸ ਕੈਰੈਕਟਰ ਆ, ਅਤੇ ਉਹ ਆਪਣੇ ਆਪ 'ਚ ਬਹੁਤ ਸੈਟਿਸਫੈਕਟਰੀ ਵੀ ਹੁੰਦਾ ਆ, ਅਤੇ ਤੁਹਾਨੂੰ ਇੱਕ ਬਹੁਤ ਹੀ ਸਕਸੈਸਫੁਲ ਬੀਂਗ ਹੋਣ ਦਾ ਵੀ ਫਖਰ ਹੁੰਦਾ ਕਿ ਯਾਰ ਕਿ ਤੁਸੀਂ ਕੁਛ ਅਕੰਪਲਿਸ਼ ਕੀਤਾ, ਕਿ ਇਹੋ ਜਿਹੀਆਂ ਸ਼ਖਸੀਅਤਾਂ ਤੁਹਾਡੇ ਫਰਕ, ਜਿਵੇਂ ਤੁਸੀਂ ਕਪਿਲ ਭਾਅ ਜੀ ਦੇ ਮਦਰ ਦੀ ਗੱਲ ਕੀਤੀ ਹੈ ਨਾ, ਉਹ ਸਪੈਸ਼ਲੀ ਆਏ ਸੀਗੇ ਬੋਂਬੇ, ਜਾਂ ਹੁਣ ਸਾਡੀ ਇੰਡਸਟਰੀ 'ਚ ਵੀ ਕਈ ਵਾਰੀ ਸਾਡੇ ਆਪਣੇ ਜਿਹੜੇ ਮੁੰਡੇ ਨੇ, ਕੁੜੀਆਂ ਨੇ, ਚਾਹੇ ਜੀ ਸੀਨੀਅਰ ਹੈ ਜਾਂ ਜੂਨੀਅਰ ਹੈ, ਉਹ ਇੰਨਾ ਤੁਹਾਨੂੰ ਮਾਣ ਪਿਆਰ ਦਿੰਦੇ ਆ ਸਟੇਜ 'ਤੇ ਆ ਕੇ। ਮੈਂ ਦੇਖਦਾ ਹੁੰਦਾ, ਮੈਂ ਕਿਹਾ ਵੀ ਇੱਥੇ ਸਾਰੇ ਕਲਾਕਾਰ ਨੇ ਆਪਣੀ ਇੰਡਸਟਰੀ 'ਚ, ਸਿੰਗਰ ਕੋਈ ਦੂਜੇ ਸਿੰਗਰ ਨੂੰ ਘੱਟ ਸ਼ੋ ਲਵਾਉਂਦੇ ਨੇ, ਹੈ ਨਾ, ਕਿਸੇ ਦਾ ਵੀ ਸ਼ੋ ਲਵਾਉਂਦੇ ਨੇ, ਪਰ ਸਰਤਾਜ ਸਾਹਿਬ ਮੇਰੇ ਖਿਆਲ ਤੋਂ ਹਰ ਇੱਕ ਕਲਾ, ਮੋਸਟਲੀ ਕਲਾਕਾਰਾਂ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਹਿੰਦੇ ਨੇ, ਕਹਿੰਦੇ ਕਿੱਧਰ ਬਣਿਆ, ਕਹਿੰਦੇ ਸਰਤਾਜ ਸਾਹਿਬ ਨੂੰ ਬੁਲਾਉਣਾ ਨਹੀਂ ਸੀ। ਪਤਾ ਉਹ ਸਡਨਲੀ ਉਹ ਤਾਂ ਜਦੋਂ ਸਟੇਜ 'ਤੇ ਐਂਟਰੀ ਹੋਏ ਤਾਂ ਓਬਵੀਅਸਲੀ ਮੇਰੇ ਲਈ ਤਾਂ ਬਹੁਤ ਹੀ ਜੋਇਸ ਮੂਮੈਂਟ ਸੀਗੀ ਉਹ, ਹੈ ਨਾ, ਜਿਹਨਾਂ ਨੂੰ ਤੁਸੀਂ ਇੰਨਾ ਸਿਨੇਮਾ 'ਤੇ ਮਾਣਿਆ, ਦੇਖਿਆ, ਇੰਨਾ ਗਲੈਮਰਸ ਕੈਰੈਕਟਰ ਆ, ਅਤੇ ਉਹ ਆਪਣੇ ਆਪ 'ਚ ਬਹੁਤ ਸੈਟਿਸਫੈਕਟਰੀ ਵੀ ਹੁੰਦਾ ਆ, ਅਤੇ ਤੁਹਾਨੂੰ ਇੱਕ ਬਹੁਤ ਹੀ ਸਕਸੈਸਫੁਲ ਬੀਂਗ ਹੋਣ ਦਾ ਵੀ ਫਖਰ ਹੁੰਦਾ ਕਿ ਯਾਰ ਕਿ ਤੁਸੀਂ ਕੁਛ ਅਕੰਪਲਿਸ਼ ਕੀਤਾ, ਕਿ ਇਹੋ ਜਿਹੀਆਂ ਸ਼ਖਸੀਅਤਾਂ ਤੁਹਾਡੇ ਫਰਕ, ਜਿਵੇਂ ਤੁਸੀਂ ਕਪਿਲ ਭਾਅ ਜੀ ਦੇ ਮਦਰ ਦੀ ਗੱਲ ਕੀਤੀ ਹੈ ਨਾ, ਉਹ ਸਪੈਸ਼ਲੀ ਆਏ ਸੀਗੇ ਬੋਂਬੇ, ਜਾਂ ਹੁਣ ਸਾਡੀ ਇੰਡਸਟਰੀ 'ਚ ਵੀ ਕਈ ਵਾਰੀ ਸਾਡੇ ਆਪਣੇ ਜਿਹੜੇ ਮੁੰਡੇ ਨੇ, ਕੁੜੀਆਂ ਨੇ, ਚਾਹੇ ਜੀ ਸੀਨੀਅਰ ਹੈ ਜਾਂ ਜੂਨੀਅਰ ਹੈ, ਉਹ ਇੰਨਾ ਤੁਹਾਨੂੰ ਮਾਣ ਪਿਆਰ ਦਿੰਦੇ ਆ ਸਟੇਜ 'ਤੇ ਆ ਕੇ। ਮੈਂ ਦੇਖਦਾ ਹੁੰਦਾ, ਮੈਂ ਕਿਹਾ ਵੀ ਇੱਥੇ ਸਾਰੇ ਕਲਾਕਾਰ ਨੇ ਆਪਣੀ ਇੰਡਸਟਰੀ 'ਚ, ਸਿੰਗਰ ਕੋਈ ਦੂਜੇ ਸਿੰਗਰ ਨੂੰ ਘੱਟ ਸ਼ੋ ਲਵਾਉਂਦੇ ਨੇ, ਹੈ ਨਾ, ਕਿਸੇ ਦਾ ਵੀ ਸ਼ੋ ਲਵਾਉਂਦੇ ਨੇ, ਪਰ ਸਰਤਾਜ ਸਾਹਿਬ ਮੇਰੇ ਖਿਆਲ ਤੋਂ ਹਰ ਇੱਕ ਕਲਾ, ਮੋਸਟਲੀ ਕਲਾਕਾਰਾਂ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਹਿੰਦੇ ਨੇ, ਕਹਿੰਦੇ ਕਿੱਧਰ ਬਣਿਆ, ਕਹਿੰਦੇ ਸਰਤਾਜ ਸਾਹਿਬ ਨੂੰ ਬੁਲਾਉਣਾ ਨਹੀਂ ਸੀ। ਪਤਾ ਉਹ ਸਡਨਲੀ ਉਹ ਤਾਂ ਜਦੋਂ ਸਟੇਜ 'ਤੇ ਐਂਟਰੀ ਹੋਏ ਤਾਂ ਓਬਵੀਅਸਲੀ ਮੇਰੇ ਲਈ ਤਾਂ ਬਹੁਤ ਹੀ ਜੋਇਸ ਮੂਮੈਂਟ ਸੀਗੀ ਉਹ, ਹੈ ਨਾ, ਜਿਹਨਾਂ ਨੂੰ ਤੁਸੀਂ ਇੰਨਾ ਸਿਨੇਮਾ 'ਤੇ ਮਾਣਿਆ, ਦੇਖਿਆ, ਇੰਨਾ ਗਲੈਮਰਸ ਕੈਰੈਕਟਰ ਆ, ਅਤੇ ਉਹ ਆਪਣੇ ਆਪ 'ਚ ਬਹੁਤ ਸੈਟਿਸਫੈਕਟਰੀ ਵੀ ਹੁੰਦਾ ਆ, ਅਤੇ ਤੁਹਾਨੂੰ ਇੱਕ ਬਹੁਤ ਹੀ ਸਕਸੈਸਫੁਲ ਬੀਂਗ ਹੋਣ ਦਾ ਵੀ ਫਖਰ ਹੁੰਦਾ ਕਿ ਯਾਰ ਕਿ ਤੁਸੀਂ ਕੁਛ ਅਕੰਪਲਿਸ਼ ਕੀਤਾ, ਕਿ ਇਹੋ ਜਿਹੀਆਂ ਸ਼ਖਸੀਅਤਾਂ ਤੁਹਾਡੇ ਫਰਕ, ਜਿਵੇਂ ਤੁਸੀਂ ਕਪਿਲ ਭਾਅ ਜੀ ਦੇ ਮਦਰ ਦੀ ਗੱਲ ਕੀਤੀ ਹੈ ਨਾ, ਉਹ ਸਪੈਸ਼ਲੀ ਆਏ ਸੀਗੇ ਬੋਂਬੇ, ਜਾਂ ਹੁਣ ਸਾਡੀ ਇੰਡਸਟਰੀ 'ਚ ਵੀ ਕਈ ਵਾਰੀ ਸਾਡੇ ਆਪਣੇ ਜਿਹੜੇ ਮੁੰਡੇ ਨੇ, ਕੁੜੀਆਂ ਨੇ, ਚਾਹੇ ਜੀ ਸੀਨੀਅਰ ਹੈ ਜਾਂ ਜੂਨੀਅਰ ਹੈ, ਉਹ ਇੰਨਾ ਤੁਹਾਨੂੰ ਮਾਣ ਪਿਆਰ ਦਿੰਦੇ ਆ ਸਟੇਜ 'ਤੇ ਆ ਕੇ। ਮੈਂ ਦੇਖਦਾ ਹੁੰਦਾ, ਮੈਂ ਕਿਹਾ ਵੀ ਇੱਥੇ ਸਾਰੇ ਕਲਾਕਾਰ ਨੇ ਆਪਣੀ ਇੰਡਸਟਰੀ 'ਚ, ਸਿੰਗਰ ਕੋਈ ਦੂਜੇ ਸਿੰਗਰ ਨੂੰ ਘੱਟ ਸ਼ੋ ਲਵਾਉਂਦੇ ਨੇ, ਹੈ ਨਾ, ਕਿਸੇ ਦਾ ਵੀ ਸ਼ੋ ਲਵਾਉਂਦੇ ਨੇ, ਪਰ ਸਰਤਾਜ ਸਾਹਿਬ ਮੇਰੇ ਖਿਆਲ ਤੋਂ ਹਰ ਇੱਕ ਕਲਾ, ਮੋਸਟਲੀ ਕਲਾਕਾਰਾਂ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਹਿੰਦੇ ਨੇ, ਕਹਿੰਦੇ ਕਿੱਧਰ ਬਣਿਆ, ਕਹਿੰਦੇ ਸਰਤਾਜ ਸਾਹਿਬ ਨੂੰ ਬੁਲਾਉਣਾ।